ਹਾਂਜੀ ਜੀ ਜੀ ਐਨ ਜੀ ਸਤਿ ਸ੍ਰੀ ਅਕਾਲ ਜੀ ਅਸਾਮੀਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਅਪਡੇਟ ਆਪਣੇ ਸਾਹਮਣੇ ਆਇਆ ਜੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਖੋ ਵੱਖ ਬਪਾਗਾ ਜਿਦੇ ਵਿੱਚ ਸਿੱਖਿਆ ਵਿਭਾਗ ਦੇ ਵੀ ਗੱਲ ਕਰਾਂਗੇ ਆਪਾਂ ਤੇ ਇਹਦੇ ਸਬੰਧ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਤੁਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਜਿਵੇਂ ਕਿ ਕਰ ਕਰ ਰੋਜ਼ਗਾਰ ਦੇ ਤਹਿਤ ਦੱਸਿਆ ਗਿਆ ਦੇ ਵਿੱਚ ਪੂਰਾ ਵੇਰਵਾ ਦਿੱਤਾ ਗਿਆ 2017 ਤੋਂ ਲੈ ਕੇ ਹੁਣ ਤੱਕ ਬੇਰੋਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਸਰਕਾਰੀ ਵਿਭਾਗ ਦੇ ਵਿੱਚ ਕਿੰਨੀਆਂ ਤੇ ਪ੍ਰਾਈਵੇਟ ਦੇ ਵਿੱਚ ਕਿੰਨੀਆਂ ਉਹ ਸਾਰਾ ਵੇਰਵਾ ਦਿੱਤਾ ਗਿਆ ਆਪਾਂ ਉਹਦੇ ਬਾਰੇ ਗੱਲ ਫਿਲਹਾਲ ਨਾ ਕਰੀਏ ਕਿਉਂਕਿ ਉਹ ਦਿੱਤੀਆਂ ਜਾ ਚੁੱਕੀਆਂ ਨੇ ਤੇ ਉਸ ਤੋਂ ਇਲਾਵਾ ਜਿਹੜੀਆਂ ਅਸਾਮੀਆਂ 14 ਅਕਤੂਬਰ 2020 ਨੂੰ ਮਨਜੂਰੀ ਦਿੱਤੀ ਗਈ ਸੀਗੀ 14 ਅਕਤੂਬਰ 2020 ਤੋਂ ਮਨਜੂਰੀ ਦਿੱਤੀ ਗਈ ਸੀ 61337 ਅਸਾਮੀਆਂ ਦੀ ਗੱਲ ਕੀਤੀ ਗਈ ਹੈ ਉਸ ਤੋਂ ਇਲਾਵਾ ਨਾਲੇ ਵੀ ਜਾਣਕਾਰੀ ਮਿਲੀ ਹੈ ਕਿ 33553 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾ ਚੁੱਕੇ ਹਨ ਪਰti ਪ੍ਰਕਿਰਿਆ ਚੱਲ ਰਹੀ ਹੈ 1 ਅਪ੍ਰੈਲ 2020 ਤੋਂ 9019 ਨਿਯੁਕਤੀਆਂ ਕੀਤੀਆਂ ਗਈਆਂ ਹਨ ਇਹ ਵੀ ਜਾਣਕਾਰੀ ਆ ਅਗਲੀ ਜਾਣਕਾਰੀ ਜਿਹੜੀ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਦੱਸਿਆ ਗਿਆ ਕਿ 39 ਵਿਭਾਗ ਨੇ ਜਿਹੜੇ ਇਹਦੇ ਵਿੱਚੋਂ ਤਿੰਨ ਵਿਭਾਗਾਂ ਦੀ ਵੱਡੇ ਪੱਧਰ ਤੇ ਭਰਤੀ ਹੋਣੀ ਹੈ ਇਹ ਜਾਣਕਾਰੀ ਤੁਹਾਡੇ ਨਾਲ ਸਕਰੀਨ ਤੇ ਵੀ ਆਪਾਂ ਸਾਂਝੀ ਕਰਾਂਗੇ ਸਕੂਲ ਸਿੱਖਿਆ ਬਕ ਵਿੱਚ 16681 ਅਸਾਮੀਆਂ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵਿੱਚ 11271 ਅਸਾਮੀਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 5834 ਅਸਾਮੀਆਂ ਮੌਜੂਦ ਹਨ ਹੁਣ ਖੋਦ ਇੱਥੇ ਦੱਸਿਆ ਗਿਆ ਕਿ ਇੰਨੀਆਂ ਅਸਾਮੀਆਂ ਮੌਜੂਦ ਹਨ ਸਿੱਖਿਆ ਵਿਭਾਗ ਵਿੱਚ 16681 ਹੁਣ ਦੱਸਿਆ ਕਿ ਭਰਤੀ ਪ੍ਰਕਿਰਿਆ ਗਰੁੱਪ A, B, C ਦੀਆਂ ਅਸਾਮੀਆਂ ਨਾਲ ਸੰਬੰਧਿਤ ਹੈ ਮਤਲਬ ਤਿੰਨੇ ਗਰੁੱਪ ਦੇ ਲਈ ਅਤੇ ਭਰਤੀ PPASC, PSSB ਬਪਾਗੀ ਕਮੇਟੀ ਥਰਡ ਪਾਰਟੀ ਰਾਹੀਂ ਕੀਤੀ ਜਾਵੇਗੀ ਤੇ ਇਹ ਤੁਹਾਨੂੰ ਸਕਰੀਨ ਤੇ ਆਪਾਂ ਦਿਖਾ ਦਿੰਨੇ ਆ ਕਿ ਇੱਕ ਬਹੁਤ ਚੰਗਾ ਸੰਕੇਤ ਸਾਡੇ ਸਾਹਮਣੇ ਆਇਆਗਾ ਅੱਜ ਹੁਣੇ ਖਬਰ ਆਈ ਆ ਸਵੇਰੇ ਸਵੇਰੇ ਸਾਡੇ ਤੱਕ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਆਪਣੇ ਸਾਰੇ ਸਾਥੀਆਂ ਨਾਲ ਬੇਰੋਜ਼ਗਾਰ ਸਾਥੀਆਂ ਨਾਲ ਜਿਹੜੇ ਡਾਮਾਂ ਡੋਲ ਹੋਏ ਬੈਠੇ ਨੇ ਉਹਨਾਂ ਤੱਕ ਜਰੂਰ ਵੀਡੀਓ ਸਾਂਝੀ ਕਰਿਓ ਤਾਂ ਕਿ ਉਹਨਾਂ ਨੂੰ ਹੌਸਲਾ ਮਿਲ ਸਕੇ ਆਪਣੀ ਤਿਆਰੀ ਰੱਖੋ ਆਪਣੀ ਮਿਹਨਤ ਦੇ ਨਾਲ ਫਿਰ ਮਿਲਾਂਗੇ ਆਪਾਂ ਆਫੀਸ਼ੀਅਲੀ ਅਪਡੇਟ ਨਾਲ ਹੱਸਦੇ ਵਾਜਦੇ ਰਹੋ